5 ਲੱਖ ਕਿੱਥੋਂ ਇਕੱਠਾ ਕਰਾਂ? ਇਲਾਜ ਵੀ ਜ਼ਰੂਰੀ ਹੈ। 25-30 ਹਜ਼ਾਰ ਦੀ ਗੱਲ ਹੁੰਦੀ ਕੁਛ ਹੋਰ ਸੀ। ਸਾਡੇ ਗਰੀਬ ਬੰਦੇ ਆਏ ਤਾਂ ਇਲਾਜ ਕਰਾਉਣੇ ਵੀ ਬਹੁਤ ਔਖੇ ਨੇ। ਮੁੰਡਾ ਵੀ ਸਕੂਲੋਂ ਆ ਗਿਆ ਹੋਣਾ, ਉਹਨੂੰ ਵੀ ਦੱਸਣਾ ਮੇਰੀ ਬਿਮਾਰੀ ਬਾਰੇ, ਨਾ ਗੱਲ ਅੰਦਰ ਹੀ ਆ। ਆ ਮੇਰਾ ਪੁੱਤ ਆ ਗਿਆ ਸਕੂਲੋਂ, ਇੰਨਾ ਇੰਨਾ ਹੋ ਗਿਆ, ਇਹਨੂੰ ਸੁਣਿਆ ਹੈ ਕੀ ਗੱਲ ਹੋ ਗਈ? ਦੱਸ ਪੁੱਤ ਮੈਨੂੰ ਕੀ ਹੋ ਗਿਆ? ਦੱਸ ਪੁੱਤ ਕੀ ਹੋਇਆ ਤੈਨੂੰ? ਬਾਪੂ ਮੇਰੇ ਨਾਲ ਦੇ ਯਾਰ ਮੈਨੂੰ ਸਾਰੇ ਖੇਡਦੇ ਨੇ, ਵੀ ਤੇਰੇ ਬਾਪੂ ਇੰਨੇ ਦੱਸ ਦਿੰਦੇ ਕਿ ਤੈਨੂੰ ਫੋਨ ਲੈ ਕੇ ਦੇ ਸਕੇ, ਕਿਸੇ ਲੜਾਈ ਹੋਣਾ, ਕਿਸੇ ਦਾ ਸੈਂਸਰ ਦਾ ਕੋਈ ਬੁਲਟ ਦਾ ਉਹਦੇ ਮੋਟਰਸਾਈਕਲ ਦਾ ਤੇ ਮੈਂ ਤੁਰਕੇ। ਕੋਈ ਨਾ ਪੁੱਤਾ, ਬੜਾ ਬੁਰਾ ਵਕਤ ਕਰਦਾ, ਮੈਨੂੰ ਵਧੀਆ ਮੋਬਾਈਲ ਵੀ ਲੈ ਜਾ ਕੇ, ਵਧੀਆ ਫੋਨ ਵੀ ਲੈ ਜਾ ਕੇ। ਮੈਨੂੰ ਨੀ ਪਤਾ ਬਾਪੂ, ਮੈਂ ਤਾਂ ਚਾਹੀਦਾ ਨਹੀਂ ਉਹ ਖਾ ਕੇ ਮਰ ਗਈ। ਨਾ ਨਾ ਪੁੱਤਾ, ਇਹ ਨਹੀਂ ਕਰਦੇ, ਮੈਂ ਇਹ ਨਹੀਂ ਕਰਦੇ, ਮੈਨੂੰ ਕਰਦਾ ਕੋਈ ਨਾ, ਸੋਚਦੇ ਆ ਅੱਗੇ। ਇਹ ਮੈਨੂੰ ਅੱਗੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਥੋੜ੍ਹੇ ਪੈਸੇ ਦੀ ਲੋੜ ਸੀ, ਮੈਂ ਆਪਣਾ ਇਲਾਜ ਕਰਵਾਉਣਾ ਜੀ। ਕਿੰਨੇ ਪੈਸੇ ਦੀ ਲੋੜ ਸੀ? 50,000 ਦੀ ਲੋੜ ਸੀ ਜੀ। ਨਾ ਨਾ ਬਈ, ਤੈਨੂੰ ਵੀ ਇੱਥੇ ਤੇਰਾ ਬੱਲੀ ਖੜਾ, ਐਂ ਕਰ ਤੂੰ 35,000 ਲੈ ਜਾ। ਬਸ ਇੱਕ ਗੱਲ ਦਾ ਧਿਆਨ ਰੱਖੀ, ਪੈਸੇ ਮੇਰੇ ਐਵੇਂ ਨਹੀਂ ਮੁੜਨੇ ਚਾਹੀਦੇ ਨੇ, ਦੁਨੀਆਂ ਇੱਧਰ ਦੇ ਇੱਧਰ ਹੋ ਜੇ, ਹੜ ਤੇ ਮੈਂ ਪੈਸੇ ਛੱਡਦਾ ਨਹੀਂ ਕਦੇ। ਬਾਪੂ 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 ਉੱਠ, ਓ ਬਾਪੂ, ਓ ਬਾਪੂ ਔਲਾਦ ਮਾੜੀ ਤੇ ਦੁਨੀਆਂ ਨਰਕ ਲੱਗੇ, ਹੋਵੇ ਚੰਗੀ ਤਾਂ ਸਵਰਗ ਹੋ ਜਾਂਦੀ, ਹੋਵੇ ਪੱਲੇ ਜੇ ਪੈਸਾ ਮਾੜੀ ਮੱਤ ਚੰਗੀ ਲੱਗੇ, ਕੰਗਾਲੀ ਆਉਣ ਤੇ ਚੰਗੀ ਮੱਤ ਵੀ ਮਾੜੀ ਹੋ ਜਾਂਦੀ। ਜਦੋਂ ਪੁੱਤ ਬਰਾਬਰ ਦਾ ਬਾਪ ਦੀ ਪਗੜੀ ਢਾ ਦੇਵੇ, ਰਿਆ ਸੱਚ ਜਾਣੀ, ਮੌਤ ਜਿਉਂਦੇ ਜੀ ਹੀ ਆ ਜਾਂਦੀ, ਮੌਤ ਜਿਉਂਦੇ ਜੀ ਹੀ ਆ ਜਾਂਦੀ।